ਹੋਣਾ ਕਿਸੇ ਨੇ ਵੀ, ਸਾਰਿਆਂ ਨੂੰ ਬੇਨਤੀ ਆ ਬਰਾਬਰ ਰੱਖਿਓ ਲੱਤਾਂ। ਉਹ ਵੀ ਇੱਕ ਜਣਾ ਉਹਨਾਂ 'ਤੇ ਲੱਗ ਜਾਓ, ਤਿੰਨ ਬਿਜਲੀਆਂ 'ਤੇ ਇਹ ਲੈ ਅੰਦਰ ਨੂੰ ਰੱਖਣੀ ਲੱਤਾਂ ਚੱਕੋ ਤਾਂ। ਹਾਂ ਚਲੋ 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 ਖੜ ਜਾਓ ਹੌਲੀ ਹੌਲੀ ਬਿਲਕੁਲ। ਚਲੋ ਆਉਣ ਦਿਓ, ਇੱਕ ਗੇੜੇ 'ਚ ਹੀ ਖੜ੍ਹ ਗਏ, ਆਪਾਂ ਦੂਜਾ ਨਾ ਦੇਣਾ ਪਵੇ। ਆਉਂਦੇ ਖੜ ਜਾ, ਪਿੱਛੇ ਨਾ ਲੈ ਕੇ ਜਾਓ ਲੱਤਾਂ, ਸਿੱਧੀ ਲੱਤਾਂ ਅੰਦਰ ਰੱਖਿਓ। ਚਲ ਆਉਣ ਦਿਓ, ਚਲੋ 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 ਘੁੰਮਾ ਦਿਓ ਘੁੰਮਾ ਦਿਓ ਘੁੰਮਾ ਦਿਓ, ਮੂੰਹ 'ਤੇ ਮਾਰੂ ਮੂੰਹ 'ਤੇ ਮੂੰਹ ਪਿੱਛੇ। ਬਸ 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 ਐਂ ਰੱਖੋ, ਇੱਕ ਮਿੰਟ ਮੈਨੂੰ ਦੇਖ ਲੈਣ ਦੇ। ਆ ਲੱਤਾਂ ਖੋਲ੍ਹਦੇ ਸਰਪੰਚ, ਬਸ 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 ਕੋਈ ਨਾ। ਤੇਲ ਚੱਕ ਲੈ, ਪੂਸ ਬਣੀ, ਬਸ ਤੇਲ ਦਾ ਸਰਜੂ, ਤੇਲ ਪਹਿਲੀ ਬਥੇਰਾ ਅੰਦਰ। ਉਧਰ ਨੂੰ ਪਲਟੋ, ਹੋਰ ਕੀ ਨਾ, ਇੱਧਰ ਨੂੰ ਆ ਮੂੰਹ, ਇੱਧਰ ਨੂੰ ਘੁਮਾ ਲਓ, ਮੱਝਲਾ ਖਿੱਚ ਲਓ, ਇੱਧਰ ਆਓ, ਇੱਧਰ ਇੱਧਰੋਂ ਕਮਾ ਲਓ ਨਹੀਂ, ਬੰਨਣ ਦੀ ਲੋੜ ਨਹੀਂ, ਲੱਤਾਂ ਟੁੱਟ ਜਾਣੀਆਂ। ਉਹ ਮੱਝ ਘੁਮਾਓ ਮੂਹਰੋ, ਇੱਥੇ ਢਿੱਡ 'ਤੇ ਹੱਥ ਨਹੀਂ ਲਾਉਣਾ ਤੁਹਾਨੂੰ ਕਿਹਾ ਸਰਪੰਚ, ਉੱਧਰੋਂ ਘੁਮਾਓ ਇੱਧਰ ਨੂੰ, ਮੱਝ ਘੁਮਾ ਲਓ, ਆਪਾਂ ਗੇੜਾ ਦੇਣਾ ਪਰੇ ਇਹਨੂੰ। ਇਹ ਲਓ ਲੱਤਾਂ 'ਤੇ ਲੱਗ ਗਏ, ਲੱਤਾਂ 'ਤੇ ਲੱਗ ਗਈ, ਉਹਨਾਂ ਕਮਾ ਲਓ ਕਮਾ ਲਓ, ਹਾਂ ਉੱਧਰ ਨੂੰ ਜਾਊਗੀ। ਇਹ ਲੈ ਉਹ ਗੇੜਾ ਤਾਂ ਉੱਧਰ ਨੂੰ ਦੇਵਾਂਗੇ, ਇੱਧਰ ਚੜ੍ਹਾਈ 'ਚ ਇਹਨੂੰ ਦੁਬਾਰੇ ਕਿੱਧਰ ਦੇਗਾ, ਮੇਰੀ ਗੱਲ ਨੂੰ ਸੁਣੋ, ਮੈਂ ਚਾਹੁੰਦਾ ਵੀ ਆਹ ਰਾਹ 'ਚ ਹੋ ਜਾਏ ਸਿੱਧੀ। ਫੜ ਇਹ ਲੈ, ਐਂ ਫੜ ਚੁੱਕੇ, ਇਹ ਲੈ ਚੁੱਕ, ਤਾਉਣ ਤੇਰਾ ਬੜਾ। ਦੇਖੋ ਜੀ ਬਸ ਲੱਤਾਂ, ਇੱਕ ਮਿੰਟ ਦੱਬ ਕੇ ਰੱਖੋ, ਢਿੱਡ 'ਤੇ ਹੱਥ ਨਹੀਂ ਲਾਉਣਾ, ਲੱਤਾਂ ਖੋਲੀਆਂ ਨੇ ਜੀ। ਜਦੋਂ ਮੱਝ ਨੂੰ ਉੱਧਰੋਂ ਚੁੱਕੋਗੇ ਖੜੀ ਨਹੀਂ ਹੋਣ ਦੇਣੀ, ਇੱਧਰ ਨੂੰ ਪਲਟ ਦੇਣੀ ਇੱਕੇ ਲੱਖ। ਦੇਖੋ ਕਿੱਧਰ ਨੂੰ, ਆਹ ਜੂੜਾ ਹੈ ਮੋੜ ਅੰਦਰ ਨੂੰ। ਚਲੋ ਇੱਧਰੋਂ ਚੁੱਕੋ ਮੱਝ ਨੂੰ, ਆਹ ਲੱਤਾਂ ਅੰਦਰ ਮੋੜੂ ਆਪਦੇ ਆਪ, ਉਹਦੀ ਇੱਧਰ ਨੂੰ ਧੱਕਾ ਦੇ ਦਿਓ, ਢਿੱਡ 'ਤੇ ਹੱਥ ਨਹੀਂ ਲਾਉਣਾ, ਜਾਂ ਪੁੜੇ 'ਤੇ ਜਾਂ ਹਿੱਕ 'ਤੇ। ਚਲੋ ਇੱਧਰ ਨੂੰ ਉਠਾਉਣੇ, ਮੈਂ ਚੁੱਕੋ ਸਿਰ ਤਾਂ, ਹਾਂ ਉਠਾਉਣੀ ਪਊਗੀ ਇੱਧਰ ਨੂੰ ਜੀ, ਮੇਰੇ ਕਹਿੰਦੀ ਨੂੰ, ਹਾਂ ਇੱਧਰ ਨੂੰ ਹੀ ਉਠਾਓ, ਇੱਧਰ ਉਠਾਓ, ਉਠਾਓ ਲੱਤਾਂ, ਆ ਪਿਛਲੀਆਂ ਲੱਤਾਂ ਵੀ ਮੋੜੂ, ਧੌਣ ਸਿੱਧੀ ਰੱਖੋ, ਸਿੱਧੀ ਆਉਣ ਦੇ। ਚਲੋ ਧੱਕੋ ਮੱਝ, ਧੱਕੋ 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 ਧੱਕੋ, ਖੜੀ ਖੜੀ ਨਾ ਹੋ ਜਾਏ, ਧੱਕ ਦਿਓ, ਖੜੀ ਹੋਣ ਪਊ ਮੱਝ, ਧੱਕੋ, ਬਸ ਖੜ ਜਾਓ ਰਹੀ ਇੱਕ ਮਿੰਟ, ਪਿੱਛੇ ਨੂੰ ਧੌਣ ਕਰਕੇ ਦਬਾ ਲਓ ਬਾਈ ਨਾਲ, ਪੂਸ ਬਣੀ। ਥੋੜ੍ਹਾ ਜਿਹਾ ਰਹਿ ਗਿਆ ਇੱਕ ਗੇੜਾ ਹੋਰ, ਇੱਧਰ ਨੂੰ ਜੀ, ਫਿਰ ਇੱਧਰ ਨੂੰ ਜੀ, ਗੇੜਾ ਨਹੀਂ ਬਦਲਦਾ, ਠੀਕ ਹੈ, ਗੇੜਾ ਇੱਕੋ ਹੀ ਪਾਸੇ ਰਹੂ, ਜੇ ਗੇੜਾ ਬਦਲਦਾ ਫਿਰ ਬਲ ਨਿਕਲ ਗਿਆ। ਲਓ ਲੱਤਾਂ ਬੰਨ ਲਓ, ਮੂੰਹ 'ਤੇ ਮਾਰੂ ਕੱਲੀ ਲੱਤ, ਖੜ ਜਾ, ਦੋਨਾਂ ਨੂੰ ਜੂੜ ਲਾ, ਮਾੜੀ ਜੀ ਤੂੰ ਲੱਤ ਚੱਕ ਲਾ ਯਾਰ, ਉਹਦਾ ਜ਼ੋਰ ਲੱਗੀ ਜਾਂਦਾ ਕੱਲੇ ਦਾ, ਪਹਿਲਾਂ ਉੱਤੋਂ ਦੀ ਬਲ ਦੋਨਾਂ ਦੇ ਮਾਰ ਲਾ, ਉਹ ਤੇ ਸਿਖਾਇਆ ਤਾਂ ਹੈਗਾ, ਫਿਰ ਉਹੀ ਜ਼ੋਰ ਲਾਈ ਜਾਂਦਾ ਉਲਟਾ। ਹਜੇ ਹਜੇ ਨਹੀਂ ਵੜਦੇ, ਹਜੇ ਦਿਮਾਗ ਸੈੱਟ ਨਹੀਂ, ਲਿਓ ਢਿੱਡ 'ਤੇ ਹੱਥ ਨਹੀਂ ਲਾਉਣਾ, ਲਿਆਓ ਅੰਤਲੇ ਭਾਈ, ਇੱਧਰ ਚੁੱਟੋ, ਇੱਧਰ ਲੱਤਾਂ 'ਤੇ ਲੱਤਾਂ ਇੱਧਰਲੀਆਂ 'ਤੇ, ਅੰਦਰ ਨੂੰ ਲੱਤਾਂ ਰੱਖਣੀ, ਆ ਵੇਚਣਾ ਫੜ, ਵੇਚਣਾ ਫੜ, ਤੇਰੇ ਸੱਟ ਮਾਰੂ ਇੱਧਰਲੇ ਪਾਸੇ ਰਹਿ, ਪਿੱਛੋਂ ਆਇਆ ਲੱਤਾਂ ਚੱਕੋ, ਅੰਦਰ ਨੂੰ ਲੱਤਾਂ ਰੱਖਣੀ ਨੇ, ਪਿੱਛੇ ਪਾ ਅੰਦਰ ਨੂੰ ਲੱਤਾਂ, ਇੱਧਰ ਨੂੰ ਲੱਤਾਂ ਮੇਰੇ ਕਣੀ ਨੂੰ, ਇੱਧਰ ਸਰਪੰਚ ਸਾਹਿਬ ਇੱਥੋਂ ਪਰੇ ਰਹੋ ਤੁਸੀਂ ਥੋੜ੍ਹਾ ਜਿਹਾ, ਇੱਧਰ ਚਲੋ ਆਉਣ ਦਿਓ, ਚੱਲ ਟਾਂਸ।
ਇਹ ਖੜੀ ਹੋਊ ਮੱਝ ਚਲੋ 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 ਪਰੇ ਨੂੰ ਪਲਟਣੀ ਆ ਕਿਹੜਾ ਦੇਣਾ ਬਸ ਦੱਬੋ ਬਾਈ ਮੂੰਹ ਨਾ ਛੱਡੋ ਮੂੰਹ ਉੱਠਣ ਦੇ ਛੱਡਣ ਦੀ ਹੋਊ ਖੜੀ ਚੱਲ 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 ਪਲਟ ਦੇਗਾ ਯਾਰ ਜੋਰ ਲਗਾਉਂਦੇ ਨਹੀਂ ਮਰਦ ਕਤ ਕੰਮ ਮਾਰੋ ਪਰੇ ਖੜ ਜਾਣ ਦੇ ਇੱਕ ਮਿੰਟ ਖੜ ਜਾਣ ਦੇ ਬਸ ਬਸ ਲੱਤਾਂ ਖੋਲਦੇ ਮਗਰਲੀਆਂ ਖੋਲਣੀਆਂ ਪੈਣਗੀਆਂ ਤਾਂ ਜਦੋਂ ਗੇੜਾ ਦੇਣਾ ਆ ਜਾ ਬਈ ਫਣੀ ਪੂਸ ਕੇ ਨਾ ਖੋਲ ਦੋ ਲੱਤਾਂ ਖੋਲਤੀ ਮੂਹਰਲੇ ਖੋਲਦੇ ਮੂਹਰਲੇ ਵੀ ਕਲੀਅਰ ਆ ਬਲ ਨਿਕਲ ਗਿਆ ਬਸ ਲਓ ਜੀ ਮਿੱਤਰੋ ਟੋਰਸਨ ਕਲੀਅਰ ਆਪਣਾ ਥੋੜ੍ਹੇ ਟਾਈਮ ਤੱਕ ਬੱਚਾ ਕੱਢਦੇ ਹਾਂ ਫਿਰ ਵੀਡੀਓ ਬਣਾ ਕੇ ਨਾਲ ਐਡ ਕਰਾਂਗੇ ਵਾਹਿਗੁਰੂ ਇੱਕ ਨਾਲਾ ਲਿਆਓ ਨਾਲਾ ਉਹ ਰੱਸੀ ਲਿਆ ਪੁੱਤ ਆ ਪੂੰਛ ਫੜੋ ਦੇਖ ਪੂੰਛ ਪੂੰਛ ਫੜੋ ਇੱਕ ਜਣਾ ਬਈ ਓਏ ਨਾਲਾ ਲਿਆ ਸਰਪੰਚ ਨਾਲਾ ਕਰਾਂ ਭੱਜ ਕੇ ਬੱਚਾ ਬੜਾ ਤਕੜਾ ਭਰਾਵਾ ਔਰ ਅੱਛੇ ਕਿੱਥੇ ਧਰਤੇ ਓਏ ਚੱਕ ਇਹ ਸੈਕਿੰਡ ਵਾਟਰ ਬੈਗ ਪਹਿਲਾਂ ਫੁੱਟ ਗਿਆ ਫਸਟ ਫੁੱਟੇ ਹੀ ਨਹੀਂ ਸਾਫ ਤੇ ਫੜਾਂ ਕੋ ਵੱਢ ਕੇ ਦੇਵਾਂ ਜੀ ਵੱਢ ਕੇ ਦੇ ਦੋ ਖੜਦਾ ਖੜਦਾ ਨਹੀਂ ਪਤਾ ਨਾ ਹੀ ਪਾਈਏ ਆਪਾਂ ਬਿਨਾ ਰੱਸੀ ਤੋਂ ਆਹੀਂ ਖਿੱਚਾਂਗੇ ਜੀ ਪੌਂਡ ਕਿਲੋ ਦਾ ਦੋ ਡਾਕਟਰ ਲੱਪਟੇ ਪਟੇ ਲੱਗੇ ਪਏ ਆ ਖਿਚਾਵਾਂਗੇ ਬਸ 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 ਇਹਨੂੰ ਤਾਂ ਜ਼ੋਰ ਲਾਉਣਾ ਹੀ ਬੰਦ ਕਰਤਾ ਨਾ ਅਨਕੌਨਸ਼ੀਅਸ ਹੋ ਗਈ ਜ਼ੋਰ ਮਾਰ ਪੁੱਤ ਜ਼ੋਰ ਜ਼ੋਰ ਤਾਂ ਲਾਈਏ ਨਹੀਂ ਆਏ ਲਓ ਵੀ ਫੜੋ ਪੈਰ ਕਿਹੜਾ ਫੜਦਾ ਲਓ ਜੀ ਆਇਓ ਸਰਪੰਚ ਸਾਹਿਬ ਫੜੋ ਪੈਰ ਖਿੱਚੋ ਕਿਰਾ ਖਿੱਚ 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 ਹੁਣ ਜ਼ੋਰ ਆਪਾਂ ਸਰਪੰਚ ਦਾ ਹੀ ਲਵਾਉਣਾ ਇਹ ਆ ਭਾਈ ਸਰਪੰਚ ਡੈਰੀ ਫਾਰਮ ਵਾਲੇ ਇਹਨਾਂ ਦੇ ਪੇਜ ਨੂੰ ਕਹਿੰਦਾ ਫੋਲੋ ਕਰੋ ਲਾਈਕ ਕਰੋ ਸ਼ੇਅਰ ਕਰੋ ਆਹ ਲੱਤਾਂ ਖਿੱਚੀ ਚੱਲ ਮੂੰਹ ਵਾਪੀ ਆਜੂਗਾ ਮੂੰਹ ਕੱਢਿਆ ਹੋਇਆ ਮੇਰਾ ਬਾਹਰੇ
ਦੋ ਜਣੇ ਪਤਾ ਕਿਉਂ ਨਹੀਂ ਲਾਉਂਦਾ, ਤਿੰਨ ਵੀ ਲਾ ਲਾ, ਬੱਚੇ ਤਾਂ ਨਹੀਂ ਪੜ ਦੇਣਗੇ ਹੁਣ, ਇਕੱਲਿਆਂ ਨੂੰ ਮੱਥਾ ਮਾਰਨ ਦੇਣ, ਇੰਨੇ ਬੱਚਾ ਆਜੂ ਹੌਲੀ ਹੌਲੀ। ਲੈ ਵੀ ਤੁਸੀਂ ਵੀ ਦੇਖੀ ਚੱਲਿਓ, ਕਰਾਂ ਸ਼ੇਅਰ ਕਰੀ ਚੱਲਿਓ, ਕੱਢ ਕੇ ਛੱਡਾਂਗੇ ਅੰਦਰ ਛੱਡ ਦੇਣੀ, ਕੱਢਾਂਗੇ ਵੀ ਜ਼ਿਆਦਾ ਦਰਜ ਆਉਂਦਾ ਖਿੱਚ ਸਰਪੰਚਾ। 14 ਸਾਲਾਂ ਵਿੱਚ ਪਹਿਲਾਂ ਘੜੀਚਾ ਉੜਿਆ ਜੀ, ਕਿਤੇ ਰੱਬ ਦੀ ਕਿਰਪਾ ਨਾਲ ਪਹਿਲਾਂ ਨਹੀਂ ਕਿਤੇ ਇਹੋ ਜਿਹਾ ਕੁਛ ਹੋਇਆ। ਖਿੱਚ 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 ਕਰ ਇੱਧਰ ਨੂੰ ਹੋ ਜਾ, ਇੱਧਰ ਨੂੰ ਖਿੱਚ ਲਓ, ਕੋਈ ਨਾ, ਹੌਲੀ 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 ਖਿੱਚ ਖਿੱਚਲਾ 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 ਖਿੱਚ ਖੜਜਾ 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 ਉਹਦੇ ਕੋਲ। ਲਓ ਜੀ ਦੇਖੋ ਜਿਉਂਦਾ ਗਾ ਬੱਚਾ, ਆਜੂ ਆਪੀ ਆਜੂ, ਹੁਣ ਤਾਂ ਮੱਝ ਨੂੰ ਜ਼ੋਰ ਲਾਉਣ ਦੇ ਪੱਲੀ ਲਿਆ। ਆਹ ਦੇਖ ਪਾਣੀ ਆਉਣ ਲੱਗ ਗਿਆ ਮੂੰਹ 'ਚੋਂ, ਦੇਖ ਹਾਂ ਪਾਣੀ ਬਹੁਤ ਆ ਜੀ, ਨਿਕਲ ਜੂ ਤਾਂ ਅਸੀਂ ਤਾਂ ਮੈਂ ਖਿੱਚਦਾ ਨਹੀਂ ਹਲੇ, ਖੜਜਾ ਖੜਜਾ ਪਾਣੀ ਨਿਕਲ ਜਾਣ ਦੇ। ਮੈਨੂੰ ਐਂ ਦੱਸੋ ਇੱਕ ਭੋਰਾ ਬਲੀਡਿੰਗ ਤਾਂ ਨਹੀਂ ਆਈ ਪਹਿਲਾਂ, ਐਂ ਦੱਸੋ ਵੀ ਖੂਨ ਤਾਂ ਨਹੀਂ ਆਇਆ? ਨਹੀਂ ਨਹੀਂ, ਪਹਿਲਾਂ ਖੂਨ ਨੇੜ ਕਰਨਾ ਮੇਨ ਹੀ। ਮੱਝ ਨੂੰ ਖੜੀ ਕਰ ਦੇ, ਚੱਲ ਪੁੱਤ ਖੜਿਓ, ਆਹ ਭੰਨ ਦੇ, ਉੱਠ ਜਾ ਓਏ, ਚੱਲ ਪੁੱਤ ਖੜਿਓ, ਉੱਠ ਜਾ ਖੜਿਓ, ਹੌਲੀ 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 ਸੰਗਲ ਢਿੱਲ ਆ ਸੰਗਲ, ਉਹ ਹੌਲੀ ਹੌਲੀ ਪੁੱਤ ਹੌਲੀ ਹੌਲੀ ਹੌਲੀ, ਬੱਚਾ ਕਰੋ ਮੂਹਰੇ ਖਿੱਚ ਕੇ ਉਹਦੇ, ਟੀਟੂ ਆ ਗਿਆ। ਲਓ ਵੀ ਮਿੱਤਰੋ, ਲੈ ਨਾ ਤਾਂ ਹੱਥਾਂ ਨੂੰ ਪੂਰਾ ਖੂਨ ਲੱਗਿਆ, ਮੇਨ ਦੇਖਣ ਵਾਲੀ ਆ, ਨਾ ਮੱਝ ਦੇ ਅੰਦਰੋਂ ਪੂਰਾ ਖੂਨ ਆਇਆ, ਤਾਂ ਟੋਰਸ਼ਨ ਕੱਢਦੇ ਆ। ਟੋਰਸ਼ਨ ਕੱਢਣ ਤੋਂ ਬਾਅਦ ਬੱਚਾ ਐਂ ਕਹਿੰਦਾ ਵੀ ਹੁਣੀ ਖਿੱਚ ਲਈਏ, ਜਦੋਂ ਨਾਲ ਦੀ ਨਾਲ ਬੱਚਾ ਖਿੱਚਦੇ ਆ ਤਾਂ ਬੱਚੇ ਤਾਂ ਨਹੀਂ ਫਟ ਜਾਂਦੀ ਆ, ਜਿਹਦੇ ਕਾਰਨ ਮੱਝ ਮਰ ਜਾਂਦੀ ਆ। ਆਪਾਂ ਨੂੰ ਕਿੰਨਾ ਟਾਈਮ ਹੋ ਗਿਆ, ਘੰਟਾ ਹੋ ਗਿਆ ਉਹ ਵੇਟ ਕਰਦਿਆਂ ਨੂੰ, ਘੰਟਾ ਸਵਾ ਘੰਟਾ ਹੋ ਗਿਆ ਜੀ, ਅਤੇ ਬੱਚੇ ਦੀਆਂ ਲੱਤਾਂ ਬੱਚੇ ਦਾਨੀ 'ਚੋਂ ਬਾਹਰ ਕੱਢ ਕੇ ਛੱਡ ਕੇ ਆਪਾਂ ਨੇ ਇੱਕ ਘੰਟਾ ਵੇਟ ਕੀਤੀ ਆ। ਉਦੋਂ ਬਾਅਦ ਉਹਦਾ ਸਿਰ ਕੱਢਿਆ, ਫਿਰ ਇਕੱਲਾ ਸਰਪੰਚ ਸਾਹਿਬ ਨੂੰ ਲਾਇਆ ਨਾਲ, ਠੀਕ ਆ, ਅਤੇ ਦੋ ਜਣਿਆਂ ਨੇ ਬੱਚਾ ਖਿੱਚਿਆ, ਕੋਈ 10 ਨਹੀਂ ਲਾਏ, ਕੋਈ 5 ਨਹੀਂ ਲਾਏ, ਕੋਈ ਰੱਸੀ ਨਹੀਂ ਪਾਈ, ਕੋਈ ਪੈੜਾ ਨਹੀਂ ਪਾਇਆ। ਰੱਸੀ ਮੰਗਵਾਈ ਜ਼ਰੂਰ ਸੀ ਪਰ ਪਾਈ ਨਹੀਂ, ਠੀਕ ਆ, ਅਤੇ ਜ਼ਰੂਰਤ ਪਾਉਂਦੇ ਤਾਂ ਪਾਉਂਦੇ, ਹੁਣ ਜੇਰ ਵੀ ਇਹਦੀ ਆਪਦੇ ਆਪ ਪੈ ਜਾਣੀ ਆ, ਮੱਝ ਨੇ 100% ਸੈੱਟ ਰਹਿਣਾ ਕਿਉਂਕਿ ਜ਼ਖਮ ਕੋਈ ਨਹੀਂ। ਜਾਣੀ ਬਾਲਾਂ ਵਾਲੀ ਡਿਲੀਵਰੀ ਨੂੰ ਆਪਾਂ ਨੋਰਮਲ ਡਿਲੀਵਰੀ ਕਹਿ ਸਕਦੇ ਹਾਂ ਵੀ ਨੋਰਮਲ ਡਿਲੀਵਰੀ ਹੋਈ ਆ, ਕੋਈ ਇਹਦੇ ਨਾਲ ਧੱਕਾ ਨਹੀਂ ਕੋਈ ਛੇੜ ਸਕਦਾ। ਬਾਕੀ ਕੱਟੀ ਆ ਜਿਹੜੀ ਉਹ ਜਿਉਂਦੀ ਕੱਢਤੀ ਆਪਾਂ ਨੇ, 5,000 ਸਾਲਾਂ ਬਾਅਦ ਇਹਨਾਂ ਦੀ ਮੱਝ ਦੀ ਇਹੀ ਕੱਟੀ ਬਚੂਗੀ। ਹੁਣ ਸਰਪੰਚ ਅੱਜ ਦੁਬਾਰਾ ਤੇਰੇ ਸਾਰੇ ਆ ਵੀ ਤੂੰ ਦੁੱਧ ਕਿੰਨਾ ਪਿਆਉਣਾ, ਇਹਨੂੰ ਕਿਵੇਂ ਬਚਾਉਣਾ, ਨਾ ਉਹ ਤਾਂ ਰੱਬ ਦੀ ਕਿਰਪਾ ਜੀ, ਦੋਤਾ ਠੀਕ ਹੈ ਨਾ, ਵਧੀਆ ਬੱਚੇ ਆਪਣਾ ਕਦੇ। ਬਾਕੀ ਧੰਨਵਾਦ ਆ ਸਾਰੇ ਭਰਾਵਾਂ ਦਾ, ਗੋਪੀ ਬੰਨ ਮੋਹਰਾ ਬੁੱਲ ਪੇਜ ਆ, ਠੀਕ ਹੈ ਨਾ, GOPI ਸਪੇਸ ਦੇ ਕੇ 1ONE, ਮੋਹਰਾ ਬੁੱਲ ਆਪਣੇ ਆਪ ਨਿਕਲ ਆਉਣਾ ਤੁਹਾਡੇ ਕੋਲ, ਇਹਨੂੰ ਸ਼ੇਅਰ ਕਰੋ, ਲਾਈਕ ਕਰੋ,
ਤੇ ਸਰਪੰਚ ਡੈਰੀ ਫਾਰਮ ਨੂੰ ਵੀ ਕਰੋ। ਸਰਪੰਚ ਡੈਰੀ ਫਾਰਮ 735 ਨੂੰ ਵੀ ਫੋਲੋ, ਲਾਈਕ, ਸ਼ੇਅਰ ਜ਼ਰੂਰ ਕਰੋ ਜੀ। ਠੀਕ ਹੈ ਜੀ, ਧੰਨਵਾਦ ਹੈ ਸਾਰੇ, ਧੰਨਵਾਦ ਜੀ ਸਾਰਿਆਂ ਦਾ।